स्वागत है दोस्तों तुहाडा अपने यूट्यूब चैनल झज एग्रीकल्चर ते। जिवें कि दोस्तों आपां खेतीबाड़ी नाल संबंधित ही वीडियो लैके आउणे आ ते अज दी वीडियो भी अपनी मक्की उपर आ रही आ। मक्की हुण देखो किसान भरावो जिहड़ी फरवरी ते मार्च महीने वाली मक्की हुंदी आ उहदा बहुत सौखे तरीके दे नाल हो जांदी आ, पर जिहड़ी अपनी अप्रैल महीने वाली मक्की आ, कणक तों बाद वाली मक्की आ, उहदे लई बहुत किस्म दीआं सावधानियां दी लोड़ हुंदी आ। अज दी अपनी वीडियो मक्की दीआं सावधानियां दी वीडियो होई आ वी आपां किहड़ियां किहड़ियां सावधानियां रखणियां ने मक्की दी बिजाई समें। ते दोस्तों जिहड़ी पिछे ਤੁਸੀਂ ਮੱਕੀ ਦੇਖ ਰਹੇ ਹੋ ਇਹ 23 ਫਰਵਰੀ ਦੀ ਬਿਜਾਈ ਕੀਤੀ ਹੋਈ ਆ ਤੇ 25 ਫਰਵਰੀ ਨੂੰ ਪਾਣੀ ਲਾਇਆ ਗਿਆ ਸੀ ਤੇ ਅੱਜ ਹੈਗੀ ਆ 12 ਅਪ੍ਰੈਲ, ਤਕਰੀਬਨ 50 ਦਿਨਾਂ ਦੇ ਆਸ-ਪਾਸ ਹੋ ਚੁੱਕੀ ਆ। ਤੇ ਇਹ ਹੈਗੀ ਆ ਆਲੂ ਵਾਲੀ ਮੱਕੀ ਤੇ ਇਹਦਾ ਬਹੁਤ ਸੋਹਣਾ ਰਿਜ਼ਲਟ ਹੁੰਦਾ, ਇਹ ਆਪਣੇ ਆਪ ਹੀ ਹੋ ਜਾਂਦੀ ਹੈ ਤੇ ਇਹਨੂੰ ਆਪਾਂ ਪਕਾਵੀ ਵੀ ਵੱਲ ਲੈ ਕੇ ਜਾ ਸਕਦੇ ਹਾਂ। ਤੇ ਦੋਸਤੋ ਜਿਹੜੀ ਹੁਣ ਸਭ ਤੋਂ ਜਿਹੜੀ ਮੇਨ ਸਾਵਧਾਨੀ ਦੀ ਲੋੜ ਆ ਉਹ ਹੈਗੀ ਆ ਮੱਕੀ ਜਿਹੜੀ ਕਣਕ ਤੋਂ ਬਾਅਦ ਵਾਲੀ ਹੋਵੇਗੀ ਉਹ ਸਿਰਫ ਅਚਾਰ ਵਾਲੀ ਹੀ ਮੱਕੀ ਹੋਵੇਗੀ। ਕਿਸਾਨ ਭਰਾਵਾਂ ਨੂੰ ਮੈਂ ਪਹਿਲਾਂ ਵੀ ਬਹੁਤ ਸਮਝਾਉਣਾ ਰਹਿਣਾ ਵੀ ਕਣਕ ਤੋਂ ਬਾਅਦ ਆਪਣੀ ਪਕਾਵੀਂ ਮੱਕੀ ਨਹੀਂ ਹੋ ਸਕਦੀ, ਪਕਾਵੀਂ ਮੱਕੀ ਨੇ ਝਾੜ ਨਹੀਂ ਦੇਣਾ। ਕਿਸਾਨ ਭਰਾਵੋ ਸਭ ਤੋਂ ਪਹਿਲਾਂ ਤਾਂ ਮੇਰੀ ਤੁਹਾਨੂੰ ਅਪੀਲ ਆ, ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਕਹਿੰਦਾ ਰਹਿਣਾ ਆ ਵੀ ਜਿਹਦੇ ਕੋਲੇ ਆਪਣੇ ਖੁਦ ਦੇ ਪਸ਼ੂ ਨੇ ਜਾਂ ਆਪਣਾ ਖੁਦ ਦਾ ਫਾਰਮ ਆ ਉਹੀ ਅਚਾਰ ਵਾਲੀ ਮੱਕੀ ਦੀ ਬਿਜਾਈ ਕਰਿਓ। ਤੇ ਇਹਨੂੰ ਬਿਜ਼ਨਸ ਦੇ ਲਈ ਜੀ ਆਪਾਂ ਇਹਨੂੰ ਟਾਲ ਤੇ ਵੇਚ ਦਾਂਗੇ, ਉੱਥੇ ਵੇਚ ਦਾਂਗੇ, ਉਹ ਕਿਸਾਨ ਭਰਾ ਇਹਨੂੰ ਮੱਕੀ ਦੀ ਬਿਜਾਈ ਨਾ ਕਰਨ, ਕਿਉਂਕਿ ਜੇਕਰ ਤੁਹਾਡੇ ਕੋਲੇ 5 ਤੋਂ 6 ਪਸ਼ੂ ਹੈਗੇ ਨੇ ਤੁਸੀਂ 2 ਕਿੱਲਿਆਂ ਦਾ ਅਚਾਰ ਪਾ ਸਕਦੇ ਹੋ, ਤੁਸੀਂ 2 ਕਿੱਲੇ ਬਿਜਾਈ ਦੇ ਕਰ ਲਓ। ਜ਼ਿਆਦਾ ਪਸ਼ੂ ਹੈਗੇ ਨੇ 3-4 ਕਰ ਲਓ, ਜਾਂ ਫਾਰਮ ਹੈਗਾ 10-20 ਕਿੱਲੇ ਕਰ ਲਓ। ਜੇਕਰ ਤੁਹਾਡੇ ਕੋਲੇ ਆਪਣਾ ਸਾਧਨ ਹੈਗਾ ਅਚਾਰ ਵਾਲਾ ਤਾਂ ਤੁਸੀਂ ਉਹਦੀ ਬਿਜਾਈ ਕਰਿਓ, ਲੋਕਾਂ ਨੂੰ ਵਧਾਉਣ ਦੇ ਲਈ ਇਹਦੀ ਬਿਜਾਈ ਨਾ ਕਰਿਓ, ਕਿਉਂਕਿ ਪਿਛਲੇ ਸਾਲ ਬਹੁਤ ਜ਼ਿਆਦਾ ਅਚਾਰ ਵਾਲੀ ਮੱਕੀ ਦੀ ਬਿਜਾਈ ਹੋ ਚੁੱਕੀ ਸੀ ਤੇ ਉਹਨੂੰ ਇੰਨਾ ਸੰਭਾਲਣਾ ਮੁਸ਼ਕਲ ਹੋ ਗਿਆ ਤੇ ਲੋਕਾਂ ਨੇ ਉਹ 20,000 ਰੁਪਇਆ ਕਿੱਲੇ ਤੇ ਵਧਾਈਆ ਤੇ ਮੱਕੀ ਤੇ 15,000 ਰੁਪਇਆ ਕਿੱਲਾ ਦਾ ਖਰਚਾ ਆ ਜਾਂਦਾ। ਆਪਾਂ ਪਿਛਲੇ ਬਲੌਗ ਵਿੱਚ ਵੀ ਦੱਸਿਆ ਸੀ ਮੱਕੀ ਨੂੰ ਬਿਜਾਈ ਤੋਂ ਲੈ ਕੇ ਉੱਪਰ ਤੱਕ ਕਰਨ ਤੱਕ 15,000 ਖਰਚਾ ਆ ਜਾਂਦਾ ਤੇ 10 ਤੋਂ 12,000 ਰੁਪਇਆ ਅਚਾਰ ਪਵਾਈ ਦਾ ਖਰਚਾ ਆ ਜਾਂਦਾ ਤੇ 27,000 ਰੁਪਏ ਦੇ ਵਿੱਚ ਕਿੱਲਾ ਪਹੁੰਚ ਜਾਂਦਾ। ਤੇ ਕਿਸਾਨ ਭਰਾਵੋ ਜੇਕਰ ਤੁਸੀਂ 20,000 ਨੂੰ ਕਿੱਲਾ ਵਧਾ ਰਹੇ ਹੋ ਹਨਾ ਤੇ 15,000 ਖਰਚਾ ਤੇ 5,000 ਵੱਟਿਆ ਤੁਸੀਂ ਕੀ ਵੱਟਿਆ, ਤੁਹਾਡਾ ਜਿਹੜਾ ਝੋਨਾ ਉਹ ਵੀ 10,000 ਰੁਪਏ ਕਿੱਲਾ ਘੱਟ ਨਿਕਲੇਗਾ ਤੇ ਇੱਥੇ ਕਿਸਾਨ ਭਰਾਵੋ ਤੁਸੀਂ ਘਾਟੇ ਚਲੇ ਜਾਂਦੇ ਹੋ। ਇਸ ਲਈ ਮੇਰੇ ਕਿਸਾਨ ਭਰਾਵਾਂ ਨੂੰ ਅਪੀਲ ਆ ਜਿੰਨੇ ਕਿ ਤੁਹਾਡੇ ਕੋਲ ਪਸ਼ੂ ਹੈਗੇ ਨੇ ਤੁਸੀਂ 1-2 ਕਿੱਲਾ 2 ਕਿੱਲੇ ਬਿਜਾਈ ਕਰ ਲਓ ਅਚਾਰ ਵਾਲੀ ਮੱਕੀ ਦੀ, ਬਿਜ਼ਨਸ ਦੇ ਲਈ ਅਚਾਰ ਵਾਲੀ ਦੀ ਮੱਕੀ ਦੀ ਬਿਜਾਈ ਨਾ ਕਰਿਓ, ਮੂੰਗੀ ਦੀ ਬਿਜਾਈ ਕਰ ਲਿਓ। ਆਪਣਾ ਬਲੌਗ ਪਾਇਆ ਹੋਇਆ ਜੇਕਰ ਤੁਸੀਂ ਤੀਜੀ ਫਸਲ ਲੈਣੀ ਆ ਜੁਲਾਈ ਦੇ ਪਹਿਲੇ ਹਫ਼ਤੇ ਜਾ ਕੇ ਤੁਸੀਂ ਝੋਨਾ ਲਾਉਣਾ ਆ, ਤੁਹਾਡੇ ਕੋਲੇ 65-70 ਦਿਨ ਹੈਗੇ ਨੇ, 65 ਦਿਨਾਂ ਦੇ ਵਿੱਚ ਮੂੰਗੀ ਬਹੁਤ ਵਧੀਆ ਤਿਆਰ ਹੋ ਜਾਂਦੀ ਆ ਤਾਂ ਤੁਸੀਂ ਮੂੰਗੀ ਦੀ ਬਿਜਾਈ ਕਰ ਲਓ, ਮੂੰਗੀ ਬਹੁਤ ਵਧੀਆ ਫਸਲ ਆ, ਤੁਹਾਡੀ ਤੀਜੀ ਫਸਲ ਮੂੰਗੀ ਹੋ ਸਕਦੀ ਆ। ਕਿਸਾਨ ਭਰਾਵਾ ਸਭ ਤੋਂ ਪਹਿਲੀ ਸਾਵਧਾਨੀ ਤਾਂ ਇਹੀ ਆ ਜਿੱਥੇ ਲੀਡਰ ਸਪਰੇਅ ਹੋਈ ਹੋਈ ਆ ਦੋਸਤੋ ਸੈਲਫੋ ਸੈਲਫੁਰਾਨ, ਉੱਥੇ ਤੁਸੀਂ ਮੱਕੀ ਦੀ ਬਿਜਾਈ ਨਾ ਕਰੋ। ਇਹ ਜਿਹੜਾ ਸੈਲਫੋ ਸੈਲਫੁਰਾਨ ਸਾਲਟ ਆ ਇਹ ਗਾਹਾਂ ਮੱਕੀ ਦੀ ਜਿਹੜੀ ਜਰਮੀਨੇਸ਼ਨ ਆ ਉਹਨੂੰ ਹੋਣ ਨਹੀਂ ਦਿੰਦਾ, ਜੇ ਮੱਕੀ ਹਰੀ ਵੀ ਹੋ ਜਾਂਦੀ ਆ ਤਾਂ ਹੈਂਡੀਕੈਪਟ ਹੀ ਹੋ ਜਾਂਦੀ ਆ ਅਤੇ ਉਹਦਾ ਅਚਾਰ ਪਾਉਣ ਦੇ ਲਾਇਕ ਨਹੀਂ ਹੁੰਦੀ, ਤੁਹਾਡੀ ਗੋਡੇ ਗੋਡੇ ਮੱਕੀ ਹੀ ਰਹਿ ਜਾਵੇਗੀ, ਉਹਨੇ ਕਦ ਤੱਕ ਕੀ ਕਰਨਾ। ਸਭ ਤੋਂ ਪਹਿਲੀ ਸਾਵਧਾਨੀ ਇਹੀ ਆ ਕਿਸਾਨ ਭਰਾਵੋ, ਤੁਸੀਂ ਇਹ ਸਾਵਧਾਨੀ ਨੂੰ ਨੋਟ ਕਰ ਲਓ ਵੀ ਤੁਸੀਂ ਨੇ ਜਿੱਥੇ ਲੀਡਰ ਵਾਲਾ ਸਾਲਟ ਕਰਿਆ ਸੈਲਫੋ ਸੈਲਫੁਰਾਨ ਸਾਲਟ ਕਰਿਆ ਉੱਥੇ ਮੱਕੀ ਦੀ ਬਿਜਾਈ ਨਹੀਂ ਕਰਨੀ। ਅਤੇ ਦੂਜੀ ਕਿਸਾਨ ਭਰਾਵੋ ਇੱਕ ਅਪੀਲ ਹੋਰ ਆ, ਕਿਸਾਨ ਭਰਾ ਕਹਿ ਰਹੇ ਨੇ ਵੀ ਸਾਨੂੰ ਸਰ੍ਹੋਂ ਤੋਂ ਬਾਅਦ, ਹੁਣ ਮੇਰੇ ਕੋਲ ਕੱਲ੍ਹ ਫੋਨ ਕਾਲ ਆਈ ਸੀ ਵੀ 11 ਅਪ੍ਰੈਲ ਨੂੰ ਤੁਸੀਂ ਸਾਨੂੰ ਦੱਸ ਦਿਓ ਵੀ 11 ਅਪ੍ਰੈਲ ਨੂੰ ਅਸੀਂ ਕਿਹੜਾ ਬੀਜ ਬੀਜਦੇ ਹਾਂ ਮੱਕੀ ਦਾ, ਅਸੀਂ ਪਕਾਮੀ ਕਰ ਲਈਏ ਫਿਰ ਅਸੀਂ ਝੋਨਾ ਬੀਜ ਦਾਂਗੇ। ਕਿਸਾਨ ਭਰਾਵੋ ਸਮੱਸਿਆ ਤਾਂ ਅਚਾਰ ਵਾਲੀ ਮੱਕੀ ਦੀ ਹੋਈ ਪਈ ਆ ਵੀ ਸਮਾਂ ਬਹੁਤ ਘੱਟ ਆ, ਵੀ ਅਚਾਰ ਪੈ ਜਾਵੇ ਤਾਂ ਵੀ ਧੰਨਵਾਦ ਆ, ਪਕਾਮੀ ਮੱਕੀ ਅਪ੍ਰੈਲ ਮਹੀਨੇ ਵਾਲੀ ਪਕਾਮੀ ਮੱਕੀ ਨਹੀਂ ਹੋ ਸਕਦੀ। ਕਿਸਾਨ ਭਰਾਵਾਂ ਨੂੰ ਮੈਂ ਦੁਬਾਰੇ ਫਿਰ ਅਪੀਲ ਕਰਦਾ ਵੀ ਜਦੋਂ ਤੁਸੀਂ ਅਪ੍ਰੈਲ ਮਹੀਨੇ ਵਿੱਚ ਆ ਗਏ ਅਪ੍ਰੈਲ ਮਹੀਨੇ ਵਿੱਚ ਪਕਾਮੀ ਮੱਕੀ ਨਹੀਂ ਹੋਣੀ, ਮੈਂ ਉਹਨਾਂ ਨੂੰ ਬਹੁਤ ਅਪੀਲ ਕਰੀ ਵੀ ਪਕਾਮੀ ਮੱਕੀ ਨਹੀਂ ਹੋਣੀ ਕਿਸਾਨ ਭਰਾਵੋ, ਕਿਉਂਕਿ ਇਹਦੇ ਪਿੱਛੇ ਲੌਜਿਕ ਆ ਜਿਹੜੀ ਤਾਂ ਮੇਰੇ ਪਿੱਛੇ ਦੇਖ ਰਹੇ ਹੋ, ਇਹ ਤਾਂ ਹੈਗੀ ਫਰਵਰੀ ਮਹੀਨੇ ਵਾਲੀ ਮੱਕੀ ਜਾਂ ਹੁੰਦੀ ਆ ਮਾਰਚ ਮਹੀਨੇ ਵਾਲੀ ਮੱਕੀ, ਮਾਰਚ 20 ਮਾਰਚ 25 ਮਾਰਚ ਤੱਕ ਜਿਹੜੀ ਆਪਾਂ ਮੱਕੀ ਦੀ ਬਿਜਾਈ ਕਰ ਦਈਏ ਉਹ ਤਾਂ ਹੋ ਜਾਵੇਗੀ ਪਕਾਮੀ ਵਧੀਆ 45 ਕੁਇੰਟਲ ਦੇ ਆਸ-ਪਾਸ ਨਿਕਲ ਆਉਂਦੀ ਆ। ਜਿਹੜੀ ਮੱਕੀ ਹੁਣ ਫਰਵਰੀ ਮਹੀਨੇ ਵਾਲੀ ਆ 10 ਫਰਵਰੀ ਵਾਲੀ ਆ ਉਹਦੀ 10 ਜੂਨ ਨੂੰ ਉਹਦੀ ਵਾਢੀ ਹੋ ਜਾਣੀ ਆ ਪਕਾਮੀ ਦੀ, 4 ਮਹੀਨਿਆਂ ਦੇ ਵਿੱਚ ਉਹ ਤਿਆਰ ਹੋ ਜਾਵੇਗੀ, 4 ਮਹੀਨੇ ਲੈ ਲੈਂਦੀ ਆ ਪਕਾਮੀ ਮੱਕੀ ਤਿਆਰ ਹੋਣ ਲਈ, ਅਚਾਰ ਵਾਲੀ ਮੱਕੀ 80 ਕੁ ਦਿਨਾਂ ਤੇ 90 ਦਿਨਾਂ ਤੇ ਹੋ ਜਾਂਦੀ ਆ। ਤੇ ਜਿਹੜੀ 4 ਮਹੀਨੇ ਮੱਕੀ ਲੈ ਰਹੀ ਆ ਉਹ ਜੂਨ ਦੇ ਪਹਿਲੇ ਹਫ਼ਤੇ ਉਹਦੀ ਵਾਢੀ ਹੋ ਜਾਣੀ ਆ ਤੇ ਉਹਦਾ ਝਾੜ ਵੀ 45-50 ਕੁਇੰਟਲ ਦਾ ਹੋਵੇਗਾ ਤੇ ਦੋਸਤੋ ਉਹਨੂੰ ਸੁਕਾਉਣ ਦੇ ਲਈ ਮੌਸਮ ਵੀ ਸਾਥ ਦੇਵੇਗਾ, ਕਿਉਂਕਿ ਜੁਲਾਈ ਮਹੀਨੇ ਵਿੱਚ ਤਾਂ ਆਪਣਾ ਸੌਣ ਦਾ ਮਹੀਨਾ ਹੁੰਦਾ ਆ ਤੇ ਉਦੋਂ ਮੌਨਸੂਨ ਆ ਜਾਂਦੀ ਆ ਤੇ ਬਾਰਿਸ਼ਾਂ ਬਹੁਤ ਜ਼ਿਆਦਾ ਪੈਂਦੀਆਂ ਨੇ, ਇਸ ਕਰਕੇ ਨਾ ਤਾਂ ਉਹ ਮੱਕੀ ਸੁੱਕਦੀ ਆ ਤੇ ਉਹਦਾ ਰੇਟ ਨਹੀਂ ਮਿਲਦੇ।
ਤੇ ਜਿਹੜੀ ਜੂਨ ਦੇ ਪਹਿਲੇ ਹਫਤੇ ਵਾਢੀ ਹੋਊਗੀ ਉਦੋਂ ਮੰਡੀਆਂ ਖਾਲੀ ਹੁੰਦੀਆਂ ਨੇ, ਉਦੋਂ ਆਪਾਂ ਮੌਸਮ ਸਾਥ ਹੁੰਦਾ ਤੇ ਉਹਨੂੰ ਸੁਕਾ ਸਕਦੇ ਹਾਂ। ਸੁਕਾ ਕੇ ਸੁੱਕਣੀ ਪਾ ਕੇ ਉਹ 45 ਕੁਇੰਟਲ ਦੀ ਨਿਕਲ ਆਉਂਦੀ ਆ, 50 ਕੁਇੰਟਲ ਤੱਕ ਵੀ ਹੋ ਜਾਂਦੀ ਆ ਫਰਵਰੀ ਦੇ ਪਹਿਲੇ ਹਫਤੇ ਲਈ। ਜੂਨ ਦੇ ਪਹਿਲੇ ਹਫਤੇ ਵੱਢੀ ਜਾਂਦੀ ਆ ਉਹ 50 ਕੁਇੰਟਲ ਦੀ ਹੋ ਜਾਂਦੀ ਆ ਤੇ ਰੇਟ ਵਧੀਆ ਲੱਗ ਜਾਂਦਾ 2000 ਦੇ ਆਸ ਪਾਸ ਤੇ ਉਹ 1 ਲੱਖ ਰੁਪਏ ਦੀ ਹੋ ਜਾਂਦੀ ਆ। ਦੋਸਤੋ ਫਰਵਰੀ ਮਹੀਨੇ ਵਾਲੀ ਮੱਕੀ ਤੁਹਾਡੀ ਪਕਾਮੀ 1 ਲੱਖ ਰੁਪਏ ਦੀ ਹੋਜੂਗੀ, ਪਰ ਕਣਕ ਤੋਂ ਬਾਅਦ ਵਾਲੀ ਮੱਕੀ ਦਾ ਜਿਹੜਾ ਝਾੜ ਆ 25 ਤੋਂ 30 ਕੁਇੰਟਲ ਦਾ ਰਹਿ ਜਾਂਦਾ, 25 ਕੁਇੰਟਲ ਹੀ ਰਹਿ ਜਾਂਦਾ ਤੇ ਉਹ ਜੁਲਾਈ ਦੇ ਅਖੀਰਲੇ ਹਫਤੇ ਜਾ ਕੇ ਪੱਕਣੀਆਂ ਜਾਂ ਅਗਸਤ ਦੇ ਪਹਿਲੇ ਹਫਤੇ ਜਾ ਕੇ ਪੱਕਣੀਆਂ ਤੇ ਉਦੋਂ ਮੌਸਮ ਸਾਥ ਨਹੀਂ ਦਿੰਦਾ ਤੇ ਉਹ ਸੁੱਕਦੀ ਵੀ ਨਹੀਂ ਹੈਗੀ, ਵਪਾਰੀ ਉੱਤੇ ਰੇਟ ਵੀ ਘੱਟ ਲਾਉਂਦਾ ਤੇ ਦੋਸਤੋ ਮਸਾਂ ਜ਼ੋਰ ਮਾਰ ਕੇ ਤੁਹਾਡੀ 40,000 ਰੁਪਇਆ ਕਿੱਲੇ ਦੀ ਉਹ ਮੱਕੀ ਹੋਵੇਗੀ। ਕਿੱਥੇ ਮੱਕੀ ਹੋ ਰਹੀ ਆ ਫਰਵਰੀ ਮਹੀਨੇ ਵਾਲੀ 1 ਲੱਖ ਦੀ, ਕਿੱਥੇ ਹੋ ਰਹੀ ਹੈ 40,000 ਰੁਪਏ ਦੀ। ਦੋਸਤੋ ਤੁਸੀਂ ਉਹ ਡਿਫਰੈਂਸ ਨੂੰ ਸਮਝੋ, ਕਣਕ ਤੋਂ ਬਾਅਦ ਮੱਕੀ ਪੈਦਾ ਕਰਨਾ ਪਕਾਵੀ ਬਹੁਤ ਮੁਸ਼ਕਲ ਆ। ਮੈਂ ਤਾਂ ਤੁਹਾਨੂੰ ਕਹਾਂਗਾ ਤੁਸੀਂ ਰੁਕ ਜਾਓ, ਤੇ ਉਹਦੇ ਵਿੱਚ ਪਾਣੀ ਤਾਂ ਉਨਾ ਹੀ ਲੱਗ ਜਾਂਦਾ ਜਿੰਨਾ ਝੋਨੇ ਨੂੰ ਪਾਣੀ ਲੱਗਦਾ, ਮੱਕੀ ਉਸ ਤੋਂ ਵੀ ਜ਼ਿਆਦਾ ਪਾਣੀ ਲੈ ਲੈਂਦੀ ਆ। ਇਸ ਲਈ ਦੋਸਤੋ ਉਹ ਮੱਕੀ ਜ਼ਿਆਦਾ ਪਾਣੀ ਲੈਣ ਕਰਕੇ ਤੇ ਇੰਨਾ ਕੋਈ ਜ਼ਿਆਦਾ ਕਾਮਯਾਬ ਤਰੀਕਾ ਨਹੀਂ ਹੈਗਾ। ਮੈਂ ਤੁਹਾਨੂੰ ਗਰੇਜ਼ ਕਰਾਂਗਾ, ਕਣਕ ਤੋਂ ਬਾਅਦ ਅਚਾਰ ਵਾਲੀ ਮੱਕੀ ਦੇ 1-2 ਕਿੱਲੇ ਬੀਜ ਲਓ ਆਪਦੇ ਪਸ਼ੂਆਂ ਨੂੰ ਅਚਾਰੇ ਦੇ ਲਈ, ਤੇ ਪਕਾਵੀ ਮੱਕੀ ਵੱਲ ਦੋਸਤੋ ਨਾ ਜਾਵੋ। ਤੇ ਕਿਸਾਨ ਭਰਾਵੋ ਤੀਜੀ ਸਾਵਧਾਨੀ ਇਹ ਆ ਵੀ ਜਦੋਂ ਤੁਸੀਂ ਮੱਕੀ ਦੀ ਬਿਜਾਈ ਕਰਨੀ ਆ ਤੁਸੀਂ ਕੰਪਿਊਟਰ ਕਰਾ ਜ਼ਰੂਰ ਮਰਵਾਉਣਾ ਖੇਤ ਦੇ ਵਿੱਚ, ਭਾਵੇਂ ਤੁਹਾਡਾ ਪਿਛਲੇ ਸਾਲ ਦਾ ਹੋਇਆ ਹੋਵੇ, ਫਿਰ ਵੀ ਉਹਨੂੰ 1 ਘੰਟਾ 1 ਕਿੱਲੇ ਦੇ ਵਿੱਚ ਫਰਾ ਲਓ। ਕੋਈ ਬਾਲਾ ਖਰਚਾ ਨਹੀਂ ਆਉਂਦਾ, ਲਗਭਗ 700-800 ਜਾਂ 1,000 ਰੁਪਇਆ ਕਿੱਲੇ ਦਾ ਖਰਚਾ ਆਉਂਦਾ, ਉਹ ਵੀ ਬਹੁਤ ਵਧੀਆ ਆਪਾਂ ਨੂੰ ਰਿਜ਼ਲਟ ਮਿਲਦੇ ਨੇ। ਕੰਪਿਊਟਰ ਕਰਾ ਜ਼ਰੂਰ ਹੋਣਾ ਚਾਹੀਦਾ। ਤੇ ਜ਼ਮੀਨ ਦੋਸਤੋ ਤੁਸੀਂ ਨੇ ਬਹੁਤ ਜ਼ਿਆਦਾ ਡੂੰਘੀ ਰੱਖ ਕੇ ਵਾਹੁਣੀ ਆ, ਪਹਿਲਾਂ ਤਾਂ ਚੰਗੀ ਉਹਦੇ ਵਿੱਚ ਹੈਰੋ ਮਾਰੋ, 2 ਵਾਰੀ ਮਾਰ ਲਓ, 3 ਵਾਰੀ ਮਾਰ ਲਓ, ਫਿਰ ਉਹਦੇ ਵਿੱਚ ਹਲ ਮਾਰੋ ਵਧੀਆ ਡੂੰਘੇ ਰੱਖ ਕੇ, ਲੋੜ ਪੈਣ ਤੇ ਰੂਟਾਵੇਟਰ ਵੀ ਮਾਰੋ ਤੇ ਸੁਹਾਗਾ ਮਾਰ ਕੇ 1 ਵਾਰੀ ਪੋਲਾ ਸੁਹਾਗਾ ਮਾਰ ਕੇ ਤੇ ਵੈਕਿਊਮ ਵਾਲੀ ਮਸ਼ੀਨ ਦੇ ਨਾਲ ਮੱਕੀ ਦੀ ਬਿਜਾਈ ਕਰ ਦਿਓ, ਤੁਹਾਡੀ ਮੱਕੀ ਬਹੁਤ ਵਧੀਆ ਹੋ ਜਾਵੇਗੀ। ਤੇ ਜਿਹੜੇ ਦੋਸਤਾਂ ਦੇ ਕੋਲੇ ਤੋਤੇ ਹਲ ਹੈਗੇ ਨੇ, ਸਾਡਾ ਨਾਭੇ ਏਰੀਏ ਦੇ ਵਿੱਚ ਤੋਤੇ ਹਲ ਨਹੀਂ ਵੱਜਦੇ, ਫਰੀਦਕੋਟ ਕਿੰਨੀ ਫਾਜ਼ਿਲਕਾ ਕਿੰਨੀ ਉੱਧਰ ਤੋਤੇ ਹਲ ਹੈਗੇ ਨੇ, ਜਾਂ ਸੰਗਰੂਰ ਏਰੀਏ 'ਚ ਵੀ ਸ਼ਾਇਦ ਹੋਣਗੇ, ਤੋਤੇ ਹਲਾਂ ਦੇ ਨਾਲ ਜੇ ਵਾਹੀ ਹੋ ਜਾਵੇ ਤਾਂ ਤੋਤੇ ਹਲਾਂ ਵਾਲੀ ਮੱਕੀ ਤਾਂ ਦੱਬਦੀ ਹੀ ਨਹੀਂ, ਕਿਉਂਕਿ ਬਹੁਤ ਡੂੰਘੇ ਲੱਗ ਜਾਂਦੇ ਨੇ। ਡੂੰਘੇ ਲੱਗਣ ਕਰਕੇ ਜਿਹੜੀ ਜ਼ਮੀਨ ਦੀ ਤਹਿ ਆ ਜਿਹੜੀ ਖੁੱਲ੍ਹ ਜਾਂਦੀ ਆ ਤੇ ਜ਼ਮੀਨ ਪੋਲੀ ਹੋ ਜਾਂਦੀ ਆ, ਪੋਲੀ ਜ਼ਮੀਨ ਦੇ ਵਿੱਚ ਹਰ ਇੱਕ ਫਸਲ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦੀ ਆ। ਜ਼ਮੀਨ ਵਾਹਲੋ ਦੋਸਤੋ, ਤੁਹਾਡੀ ਆਪਣੀ ਜ਼ਮੀਨ ਆ, ਤੁਹਾਡੇ ਆਪਣੇ ਟਰੈਕਟਰ ਨੇ, ਉਹਨਾਂ ਨੂੰ ਡੂੰਘੇ ਹਲ ਲਾ ਕੇ ਵਾਹੀ ਕਰ ਲਓ। ਡੂੰਘੇ ਹਲ ਵਾਹੀ ਕਰਕੇ ਕਰ ਦੋਗੇ ਤੁਹਾਡਾ ਇੱਥੇ ਹੀ ਕਨੇਡਾ ਬਣ ਜਾਣਾ। ਕਹਿੰਦੇ ਨਹੀਂ ਹੁੰਦੇ ਵੀ ਤੂੰ ਡੂੰਘੇ ਹਲ ਲਾ ਲਾ ਤੇਰਾ ਇੱਥੇ ਕਨੇਡਾ ਬਣ ਜਾਣਾ। ਡੂੰਘੇ ਹਲ ਲਾ ਕੇ ਵਾਹ ਦਿਓ, ਟਾਪ ਲੋ 'ਚ ਰੱਖ ਕੇ ਵਾਹ ਦਿਓ, ਪਰ ਤਸੱਲੀ ਕਰਾ ਦਿਓ ਜ਼ਮੀਨ ਦੀ, ਤੁਹਾਡੀ ਮੱਕੀ ਨਹੀਂ ਦੱਬਦੀ ਹੈਗੀ। ਦੋਸਤੋ ਹੁਣ ਚੌਥੀ ਸਾਵਧਾਨੀ ਕਿਹੜੀ ਆ? ਚੌਥੀ ਸਾਵਧਾਨੀ ਇਹ ਹੈ ਕਿ ਜਦੋਂ ਮੱਕੀ ਨੂੰ ਪਾਣੀ ਲਾਉਣਾ, ਮੱਕੀ ਨੂੰ ਜਿਹੜਾ ਪਾਣੀ, 2 ਪਾਣੀ ਲੱਗਣੇ ਉਹਨੂੰ ਹਰੀ ਹੋਣ ਦੇ ਲਈ, ਜਿਹੜੀ ਫਰਵਰੀ ਮਹੀਨੇ ਵਾਲੀ ਮਾਰਚ ਮਹੀਨੇ ਵਾਲੀ ਮੱਕੀ ਆ ਇਹਦਾ 1 ਪਾਣੀ ਨਾਲ ਹਰੀ ਹੋ ਜਾਂਦੀ ਆ। ਜੇ ਗਿੱਲ ਜ਼ਿਆਦਾ ਹੋਵੇ ਫਰਵਰੀ ਮਹੀਨੇ ਵਾਲੀ ਤਾਂ ਮੱਕੀ ਬਿਨਾਂ ਪਾਣੀ ਤੋਂ ਵੀ ਹਰੀ ਹੋ ਜਾਂਦੀ ਆ, ਕੋਈ ਚੱਕਰ ਵਾਲੀ ਗੱਲ ਨਹੀਂ, ਪਰ ਜਿਹੜੀ ਅਪ੍ਰੈਲ ਮਹੀਨੇ ਵਾਲੀ ਮੱਕੀ ਆ ਇਹਨੂੰ ਹਰੀ ਹੁੰਦੇ ਹੁੰਦੇ 2 ਪਾਣੀ ਲੱਗ ਜਾਣੇ ਨੇ। ਤੇ ਜਿਹੜੇ 2 ਪਾਣੀ ਲਾਉਣੇ ਨੇ ਬਹੁਤ ਹੌਲੇ ਲਾਉਣੇ ਨੇ, ਐਂ ਨਹੀਂ ਹੈਗਾ ਵੀ ਪਹਿਲਾਂ ਪਾਣੀ ਉਹ ਫੁੱਲ ਭਰ ਕੇ ਲਾਤਾ ਬੈੱਡਾਂ ਉੱਪਰ ਦੀ ਫਿਰ ਗਿਆ ਤੇ ਉੱਥੇ ਦੋਸਤੋ ਤੁਹਾਡੀ ਮੱਕੀ ਕਰੰਟ ਹੋ ਜਾਣੀ ਆ, ਉਹਨੇ ਉਹ ਹੈਂਡੀਕੈਪਟ ਜੀ ਹੋ ਜਾਣੀ ਆ, ਹਰੀ ਜ਼ਰੂਰ ਹੋ ਜਾਵੇਗੀ ਮੱਕੀ ਉੱਪਰ ਦੀ ਪਾਣੀ ਫਿਰ ਜੂ, ਬੈੱਡਾਂ ਉੱਪਰ ਦੀ ਮੱਕੀ ਹਰੀ ਜ਼ਰੂਰ ਹੋ ਜਾਵੇਗੀ, ਪਰ ਉਹ ਹੈਂਡੀਕੈਪਟ ਜੀ ਹੋ ਜਾਵੇਗੀ। ਇਸ ਲਈ ਦੋਸਤੋ ਸਾਵਧਾਨੀਆਂ ਵਰਤਿਓ ਵੀ ਪਾਣੀ ਆ ਜਿਹੜਾ ਆਪ ਲਾਇਓ, ਲੇਬਰ ਤੋਂ ਨਾ ਲਗਵਾਇਓ, ਆਪ ਖੇਤ ਵਿੱਚ ਖੜ ਕੇ ਬੈੱਡਾਂ ਦੇ ਉੱਪਰ ਚੜ੍ਹ ਨਹੀਂ ਦੇਣਾ, ਪਾਣੀ ਆਪ ਲਗਾ ਲਿਓ, ਤੁਹਾਡੀ ਮੱਕੀ ਦਾ ਕੱਖ ਨਹੀਂ ਵਿਗੜਦਾ। 2 ਪਾਣੀ ਤਾਂ ਬਹੁਤ ਹੌਲੀ ਹੌਲੀ ਲਗਾ ਲਿਓ ਤੇ 2 ਪਾਣੀਆਂ ਤੋਂ ਬਾਅਦ ਉਹਨੇ ਹਰੀ ਹੋ ਜਾਣਾ, ਫਿਰ ਉਹਦੇ ਵਿੱਚ ਆਪਾਂ ਪਾਣੀ ਲਗਾ ਕੇ ਯੂਰੀਆ, ਫਿਰ ਉਦੂ ਗਾਹਾਂ ਵਾਲਾ ਪਾਣੀ ਲਾ ਕੇ ਫਿਰ ਯੂਰੀਆ। ਜਦੋਂ ਜਿੰਨੀ ਵਾਰੀ ਵੀ ਤੁਸੀਂ ਨੇ ਮੱਕੀ ਦੇ ਵਿੱਚ ਯੂਰੀਆ ਪਾਉਣਾ, ਪਹਿਲਾਂ ਪਾਣੀ ਲਗਾਉਣਾ, ਫਿਰ ਆਥਣੇ ਸ਼ਾਮ ਨੂੰ ਉਹਦੇ ਵਿੱਚ ਯੂਰੀਆ ਪਾਉਣਾ। ਹੁਣ ਲਾਈਟ ਸਵੇਰੇ ਆ ਜਾਂਦੀ ਆ, ਵੈਸੇ ਅਪ੍ਰੈਲ ਦਾ ਮਹੀਨਾ ਸਵੇਰੇ ਚੱਲਣੀ ਆ, ਸਵੇਰੇ ਜੇਕਰ ਤੁਸੀਂ ਪਾਣੀ ਲਗਾਤਾ ਤਾਂ ਆਥਣੇ ਤੁਸੀਂ ਬੈੱਡਾਂ ਦੇ ਉੱਪਰ ਦੀ ਉਹਦੇ ਉੱਤੇ ਯੂਰੀਆ ਛਿੱਟਾ ਦੇ ਕੇ ਪਾ ਸਕਦੇ ਹੋ। ਛਿੱਟਾ ਦੇਣਾ ਛਿੱਟਾ ਦੇ ਲਓ, ਇਕੱਲੇ ਇਕੱਲੇ ਖੁੱਡ ਤੇ ਕੇਰ ਕੇ ਦੇਣਾ, ਇਕੱਲੇ ਇਕੱਲੇ ਤੇ ਦੇ ਲਓ, ਉਹ ਤੁਹਾਡੀ ਖੁਸ਼ੀ ਆ, ਜਿਵੇਂ ਵੀ ਕਿਸੇ ਨੂੰ ਸੌਖਾ ਤਰੀਕਾ ਲੱਗਦਾ ਉਵੇਂ ਦੇ ਲਓ, ਪਰ ਯੂਰੀਆ ਹਮੇਸ਼ਾ ਪਾਣੀ ਤੋਂ ਬਾਅਦ ਹੀ ਪਾਉਣਾ। ਕਿਸਾਨ ਭਰਾਵੋ 4 ਪਾਣੀ ਤਾਂ ਤੁਸੀਂ ਮੱਕੀ ਨੂੰ 4-5 ਪਾਣੀ ਬਹੁਤ ਹਲਕੇ ਦਿਓ, ਆਪ ਲਵੇ ਖੜ ਕੇ। ਜਦੋਂ ਤੁਹਾਡੀ ਮੱਕੀ ਮਹੀਨੇ ਕੁ ਦੀ ਹੋਊਗੀ, ਹੈ ਨਾ 35-40 ਦਿਨਾਂ ਦੀ ਹੋਊਗੀ, ਹੈ ਨਾ 35 ਦਿਨਾਂ ਦੀ, ਫਿਰ ਤੁਸੀਂ ਉਹਨੂੰ ਖੁੱਲ੍ਹਾ ਪਾਣੀ ਦੇ ਸਕਦੇ ਹੋ। ਫਿਰ ਤਾਂ ਉਹਦੇ ਵਿੱਚ 3ਜੇ ਦਿਨ ਪਾਣੀ ਆਵੇਗਾ, ਪਾਣੀ ਦੇ ਤਾਂ ਮੱਕੀ ਨੂੰ ਹੈ ਨਹੀਂ, ਪਾਣੀ ਦੇ ਤਾਂ ਮੱਕੀ ਨੂੰ ਹੈਗੀ। ਤੇ ਕਿਸਾਨ ਭਰਾਵੋ ਇਹ ਗੱਲ ਵੀ ਨੋਟ ਕਰ ਲਿਓ, ਜੇਕਰ ਤੁਹਾਡੇ ਕੋਲੇ ਪਾਣੀ ਦਾ ਪ੍ਰਬੰਧ ਘੱਟ ਆ ਤਾਂ ਮੱਕੀ ਵੀ ਉਸ ਹਿਸਾਬ ਨਾਲ ਘੱਟ ਹੀ ਬਿਜਾਈ ਕਰਿਓ, ਕਿਉਂਕਿ ਜਿਹੜੀ ਮਈ ਦੇ ਮਹੀਨੇ ਜਾ ਕੇ ਐਸੀਆਂ ਤੱਤੀਆਂ ਲੋਆਂ ਚੱਲਣੀਆਂ ਨੇ, ਮੱਕੀ ਨੂੰ 48 ਘੰਟਿਆਂ ਬਾਅਦ ਪਾਣੀ ਜ਼ਰੂਰ ਆਵੇਗਾ।
ਅੱਜ ਪਾਣੀ ਦੇਤਾ ਕੱਲ ਦਾ ਦਿਨ ਛੱਡਣਾ ਚੌਥੇ ਨੂੰ ਫੇਰ ਪਾਣੀ ਕੱਲ ਦਾ ਦਿਨ ਛੱਡਣਾ ਪਰਸੋਂ ਨੂੰ ਪਾਣੀ 48 ਘੰਟਿਆਂ ਬਾਅਦ ਤੁਹਾਡਾ ਮੱਕੀ ਦੇ ਵਿੱਚ ਪਾਣੀ ਫਿਰਨਾ ਬਹੁਤ ਜ਼ਰੂਰੀ ਆ। ਲਾਈਟ ਮਈ ਦੇ ਮਹੀਨੇ ਜਾ ਕੇ ਘੱਟ ਜਾਂਦੀ ਆ, ਮਈ ਅਤੇ ਜੂਨ ਦਾ ਮਹੀਨਾ ਲਾਈਟ ਬਹੁਤ ਘੱਟ ਮਿਲਣੀ ਆ, ਇਸ ਕਰਕੇ ਮੱਕੀ ਦੀ ਬਿਜਾਤ ਉੱਨੀ ਕੀ ਕਰਿਓ ਜਿੰਨਾ ਕਿ ਤੁਹਾਡੇ ਕੋਲ ਪਾਣੀ ਦਾ ਪ੍ਰਬੰਧ ਹੋਵੇ। ਕਿਸਾਨ ਭਰਾਵੋ, ਜਿਹੜੀ ਇੱਕ ਹੋਰ ਸਾਵਧਾਨੀ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਉਹ ਹੈਗੀ ਆ ਬੀਜ ਦੀ। ਮੈਨੂੰ ਬਹੁਤ ਸਾਰੇ ਫੋਨ ਕਾਲ ਆਉਂਦੇ ਨੇ, ਬਾਈ ਜੀ ਕਿਹੜਾ ਬੀਜ ਬੀਜ ਲਈਏ, ਕਿਹੜਾ ਬੀਜ ਲਈਏ, ਆਹ ਬ੍ਰੈਂਡ ਬੀਜ ਲਈਏ, ਉਹ ਬ੍ਰੈਂਡ ਬੀਜ ਲਈਏ। ਚਲੋ ਮੈਂ ਕੰਪਨੀਆਂ ਦੇ ਨਾਮ ਨਹੀਂ ਲੈਣਾ ਚਾਹੁੰਦਾ, ਫਿਰ ਮੈਨੂੰ ਕਹਿੰਦੇ ਨੇ ਤੁਸੀਂ ਪੇਡ ਪ੍ਰਮੋਸ਼ਨ ਕਰ ਦਿਓ, ਆਪਣਾ ਕਿਸੇ ਕੰਪਨੀ ਨਾਲ ਕੋਈ ਲੈਣਾ ਦੇਣਾ ਨਹੀਂ। ਆਪਾਂ ਆਪਦੀ ਕੰਪਨੀ ਦਾ ਵੀ ਜਿਹੜਾ ਵੀ ਆਪਾਂ ਨੂੰ ਫਿੱਟ ਬੈਠਦਾ, ਆਪਾਂ ਨੇ ਤਜਰਬੇ ਨੇ, ਉਹ ਆਪਾਂ ਬਿਜਾਈ ਕਰ ਲੈਂਦੇ ਹਾਂ। ਹਾਂ, 2-3 ਕੰਪਨੀਆਂ ਬ੍ਰੈਂਡ ਹੈਗੇ ਨੇ ਜਿਨ੍ਹਾਂ ਦੇ ਰਿਜ਼ਲਟ ਅੱਛੇ ਨਿਕਲਦੇ ਨੇ। ਤੁਸੀਂ ਵੀ ਦੋਸਤੋ ਜਦੋਂ ਵੀ ਮੱਕੀ ਦੀ ਬਿਜਾਈ ਕਰਨੀ ਆ, ਥੋੜ੍ਹਾ ਬ੍ਰੈਂਡ ਵੱਲ ਹੀ ਜਾਇਓ ਅਤੇ ਲੋਕਲ ਕੰਪਨੀਆਂ, ਚਲੋ ਅੱਜ ਕੁਝ ਘੱਟ ਲੋਕਲ ਨੇ, ਕੱਲ੍ਹ ਨੂੰ ਆਉਣ ਵਾਲੇ ਸਮੇਂ 'ਚ ਚਲੋ ਰੱਬ ਉਹਨਾਂ ਨੂੰ ਤਰੱਕੀਆਂ ਦੇਵੇ, ਉਹ ਵੀ ਬ੍ਰੈਂਡ ਬਣ ਜਾਣ ਕਿਸੇ ਸਮੇਂ, ਆਪਾਂ ਨਹੀਂ ਇਹ ਗੱਲ ਕਹਿੰਦੇ। ਪਰ ਰਿਸਕ ਲੈਣਾ ਹੁੰਦਾ, ਰਿਸਕ ਆਪਾਂ ਜਿਹੜੇ ਦੇਖੋ ਜਿਹੜੀ ਮੱਕੀ ਦੀ ਬਿਜਾਈ ਆ, ਸਾਰਿਆਂ ਨੇ ਕਿੱਲਾਂ ਜਾਂ 2 ਕਿੱਲੇ ਕਰਨੀ ਆ। ਜੇ ਉਹਨਾਂ ਨੇ ਪਹਿਲੇ ਸਾਲ ਹੀ 1-2 ਕਿੱਲਿਆਂ ਦੇ ਵਿੱਚ ਨਵੇਂ ਬ੍ਰੈਂਡ ਦੇ ਚੱਕਰ ਦੇ ਵਿੱਚ ਰਿਸਕ ਲੈ ਲਿਆ, ਤਾਂ ਪਹਿਲੇ ਸਾਲ ਹੀ ਉਹਨਾਂ ਦਾ ਭੱਠਾ ਬੈਠ ਜਾਣਾ ਮੱਕੀ ਦਾ। ਇਸ ਲਈ ਦੋਸਤੋ ਤੁਸੀਂ ਵਾਲੇ ਰਿਸਕ ਨਾ ਲਿਓ, ਜਿਹੜੇ ਜ਼ਿਆਦਾ ਵਧੀਆ ਪ੍ਰਚਲਿਤ ਜੇ ਬੀਜ ਹੈਗੇ ਨੇ ਉਹਨਾਂ ਦੀ ਬਜਾਤ ਕਰ ਲਿਓ ਆਪਣੀ ਜਿਹੜੀ ਮੱਕੀ ਦੀ ਹੈਗੀ ਆ। ਅਤੇ ਇਸੇ ਤਰ੍ਹਾਂ ਕੀ ਕੰਪਨੀਆਂ ਆਉਂਦੀਆਂ ਨੇ 1500 ਤੋਂ ਲੈ ਕੇ 2000 ਦੇ ਵਿੱਚ ਵਿੱਚ ਥੈਲੀ ਉਹਨਾਂ ਦੀ ਮਿਲਦੀ ਆ ਕੰਪਨੀ ਵਾਲਿਆਂ ਦੀ, ਅਤੇ 2 ਥੈਲੀਆਂ 1 ਕਿੱਲੇ ਦੇ ਵਿੱਚ ਪੈਂਦੀਆਂ ਨੇ ਵੈਕੂਮ ਵਾਲੀ ਮਸ਼ੀਨ ਦੇ ਨਾਲ। ਦਾਣੇ ਤੋਂ ਦਾਣੇ ਦੀ ਦੂਰੀ ਹੈਗੀ ਆ ਗਿੱਠ ਦੀ, ਗਿੱਠ ਠੀਕ ਹੈ ਜੀ, ਜਾਂ 6 ਇੰਚ ਜਾਂ 7 ਇੰਚ ਤੱਕ, 7 ਇੰਚ ਤੱਕ ਦਾਣੇ ਤੋਂ ਦਾਣੇ ਦੀ ਦੂਰੀ ਆ, ਅਤੇ ਸਿਆੜ ਤੋਂ ਸਿਆੜ ਦੀ ਦੂਰੀ ਹੈਗੀ 2 ਫਿੱਟ ਤੱਕ। ਜਦੋਂ ਤੁਸੀਂ 2 ਫਿੱਟ ਸਿਆੜ ਹੋ ਗਿਆ, ਦਾਣੇ ਤੋਂ ਦਾਣੇ ਦੀ ਦੂਰੀ ਹੋ ਗਈ 7 ਇੰਚ, ਤਾਂ ਤੁਹਾਡਾ ਕਿੱਲੇ ਦੇ ਵਿੱਚ 8 ਕਿੱਲੋ ਬੀਜ ਹੀ ਪਵੇਗਾ। ਅਤੇ 8 ਕਿੱਲੋ ਬੀਜ ਤੁਸੀਂ 2 ਥੈਲੀਆਂ ਤੁਸੀਂ ਆਪਣੀਆਂ ਹੁਣ ਤੋਂ ਪ੍ਰਬੰਧ ਕਰਕੇ ਰੱਖੋ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ 20 ਅਪ੍ਰੈਲ ਹੋ ਜਾਵੇਗੀ, ਤੁਹਾਨੂੰ ਮਾਰਕੀਟ ਵਿੱਚ ਬੀਜ ਬਹੁਤ ਘੱਟ ਮਿਲੂਗਾ। ਮਿਲ ਜਾਣਗੇ, ਲੋਕਲ ਮਿਲਣਗੇ, ਵਧੀਆ ਬ੍ਰੈਂਡਡ ਬੀਜ ਖਤਮ ਹੋ ਜਾਣਗੇ ਦੋਸਤੋ। ਅਤੇ ਵਧੀਆ ਬ੍ਰੈਂਡਡ ਬੀਜ ਬੀਜਣ ਦਾ ਹੀ ਫਾਇਦਾ, ਜਿਹੜਾ 1500 ਦੇ ਆਸ ਪਾਸ ਸ਼ੁਰੂ ਹੁੰਦੇ ਨੇ, 1500 ਤੋਂ ਲੈ ਕੇ 2000 ਤੱਕ ਚਲੇ ਜਾਂਦੇ ਨੇ। ਜਿਹੜੇ 2000 ਵਾਲਾ, ਚਲੋ ਉਹਦੇ 'ਚ ਕੋਈ ਗੱਲਬਾਤ ਤਾਂ ਹੋਵੇਗੀ ਹੈ ਨਾ, ਇਸ ਕਰਕੇ ਉਹਦੇ ਰੇਟ ਥੋੜ੍ਹੇ ਜਿਹੇ ਹਾਈ ਹੁੰਦੇ ਨੇ, ਅਤੇ ਵਧੀਆ ਬਿਜਾਈ ਹੀ ਕਰੋ। ਕਿਸਾਨ ਭਰਾਵੋ, ਮੱਕੀ ਦੇ ਉੱਪਰ ਹੋਣ ਵਾਲੀਆਂ ਰੇਹਾਂ ਸਪਰੇਹਾਂ ਦੇ ਆਪਣੇ ਬਲੌਗ ਆਉਂਦੇ ਰਹਿਣਗੇ, ਪਹਿਲਾਂ ਵੀ ਆਪਣੇ ਚੈਨਲ ਦੇ ਉੱਪਰ ਪਏ ਨੇ, ਜੇ ਤੁਸੀਂ ਵੇਖਣੇ ਹੁਣ ਵੇਖ ਸਕਦੇ ਹੋ, ਅਤੇ ਨਵੇਂ ਦਿਨ ਪਰ ਦਿਨ ਆਉਂਦੇ ਰਹਿਣਗੇ। ਅਤੇ ਕਿਸਾਨ ਭਰਾਵੋ, ਮੱਕੀ ਨੂੰ ਜਿਹੜੀ ਕਿ ਜ਼ਿਆਦਾ ਸਮੱਸਿਆ ਸੁੰਡੀ ਦੀ ਹੁੰਦੀ ਆ, ਕਣਕ ਤੋਂ ਬਾਅਦ ਵਾਲੀ ਜਿਹੜੀ ਮੱਕੀ ਆ ਉਹਦੇ 'ਤੇ ਸੁੰਡੀ ਦੀ ਹੀ ਸਮੱਸਿਆ ਆਉਂਦੀ ਆ, ਹੋਰ ਕੋਈ ਸਮੱਸਿਆ ਨਹੀਂ ਹੁੰਦੀ। ਸੁੰਡੀ ਵਾਲੀਆਂ ਦੇਖੋ ਬਹੁਤ ਦਵਾਈਆਂ ਨੇ, ਬਹੁਤ ਜ਼ਿਆਦਾ, ਮੈਂ ਇੱਥੇ ਨਾਮ ਵੀ ਨਹੀਂ ਗਿਣਾ ਸਕਦਾ ਵੀ ਸੁੰਡੀ ਦੀਆਂ ਇੰਨੀਆਂ ਕੁ ਜ਼ਿਆਦਾ ਦਵਾਈਆਂ ਆਉਂਦੀਆਂ ਨੇ, ਅਤੇ ਉਹ ਹਰ ਇੱਕ ਖੇਤਰ ਦੀ ਆਪਣੀ ਦਵਾਈ ਹੁੰਦੀ ਆ। ਜਿਹੜੀ ਦਵਾਈ ਦਾ ਮੈਂ ਇੱਥੇ ਨਾਮ ਲੈ ਦੇਵਾਂਗਾ, ਉਹ ਸੰਗਰੂਰ ਤੋਂ ਨਹੀਂ ਮਿਲਣੀ, ਜਾਂ ਬਠਿੰਡੇ ਤੋਂ ਨਹੀਂ ਮਿਲਣੀ, ਜਾਂ ਫਾਜ਼ਿਲਕਾ ਤੋਂ ਨਹੀਂ ਮਿਲਣੀ, ਜਾਂ ਅੰਮ੍ਰਿਤਸਰ ਤੋਂ ਨਹੀਂ ਮਿਲਣੀ, ਜਾਂ ਗੁਰਦਾਸਪੁਰ ਤੋਂ ਨਹੀਂ ਮਿਲਣੀ। ਹਰੇਕ ਜ਼ਿਲ੍ਹੇ ਦੇ ਵਿੱਚ ਜਿਹੜੀ ਲੋਕਲ ਦਵਾਈ ਆ ਉਹ ਵੱਖੋ ਵੱਖਰੀ ਚੱਲਦੀ ਆ। ਸਾਲਟ ਮਿਲ ਜਾਂਦੇ ਨੇ, ਅਤੇ ਸਾਲਟਾਂ ਦੇ ਵਿੱਚ ਵੱਖੋ ਵੱਖਰੀਆਂ ਦਵਾਈਆਂ ਜਿਹੜੀਆਂ ਬ੍ਰੈਂਡ ਹੁੰਦੇ ਨੇ, ਉਹ ਬ੍ਰੈਂਡ ਵੱਖੋ ਵੱਖਰੇ ਹੋ ਜਾਂਦੇ ਨੇ। ਅਤੇ ਮੈਂ ਇੱਕੋ ਇੱਕ ਦਵਾਈ ਸੁੰਡੀ ਵਾਲੀ ਕਹਿਣਾ ਹੁੰਦਾ, ਅਤੇ ਸਾਰੀ ਵੈਸੇ ਪੰਜਾਬ ਉਹੀ ਦਵਾਈ ਦੀ ਤਾਰੀਫ ਕਰਦਾ, ਉਹ ਹੈਗੀ ਆ ਡੈਲੀਗੇਟ। ਡੈਲੀਗੇਟ ਦਵਾਈ ਆਪਾਂ ਜੇ 2 ਵਾਰੀ ਵੀ ਕਣਕ ਵਾਲੀ ਮੱਕੀ 'ਤੇ ਕਰ ਦੇਵਾਂਗੇ, ਕੋਈ ਬਾਹਲੀ ਜ਼ਿਆਦਾ ਮਹਿੰਗੀ ਨਹੀਂ ਪੈਂਦੀ। ਜੇਕਰ ਤੁਹਾਡਾ ਰੇਹ ਸਪਰੇ ਵਾਲੀ ਦੁਕਾਨਦਾਰ ਦੇ ਨਾਲ ਸਹਿਚਾਰ ਹੈਗੇ ਨੇ, ਉਹਦੇ ਨਾਲ ਤੁਸੀਂ ਵਧੀਆ ਮੇਲ ਵਰਤਨ ਰੱਖਦੇ ਹੋ, ਤਾਂ ਤੁਹਾਨੂੰ ਸਹੀ ਗਾਈਡ ਹੀ ਕਰੇਗਾ, ਉਹ ਗਲਤ ਗਾਈਡ ਕਦੇ ਨਹੀਂ ਕਰੇਗਾ। ਜੇਕਰ ਤੁਸੀਂ ਭੜਕਦੇ ਫਿਰਦੇ ਹੋ, ਅੱਜ ਸਪਰੇ ਉੱਥੋਂ ਲੈ ਲਈ, ਕੱਲ੍ਹ ਨੂੰ ਸਪਰੇ ਉੱਥੋਂ ਲੈ ਲਈ, ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਦੁਕਾਨਦਾਰ ਵੀ ਚੇਪੀ ਲਾ ਦਿੰਦੇ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਜਾ ਕੇ ਫਰਕ ਪੈ ਜਾਂਦੇ ਨੇ। ਇਸ ਲਈ ਕਿਸਾਨ ਭਰਾਵੋ, ਜਿਹੜੇ ਤੁਹਾਡੇ ਦੁਕਾਨਦਾਰ ਹੈਗੇ ਨੇ, ਤੁਸੀਂ ਵਧੀਆ ਉਹਨਾਂ ਨਾਲ ਵਰਤ ਰਹੇ ਹੋ, ਸਾਲਾਂ ਪ੍ਰਤੀ ਉਹਨਾਂ ਨਾਲ ਵਰਤ ਰਹੇ ਹੋ, ਉਹਨਾਂ 'ਤੇ ਵਿਸ਼ਵਾਸ ਕਰਕੇ ਸਪਰੇਹਾਂ ਲੈ ਲਿਆ ਕਰੋ। ਅਤੇ ਮੈਂ ਸਾਰਾ ਜੋੜ ਘਟੋ ਲਾ ਕੇ ਤੁਹਾਨੂੰ ਇੱਕ ਬਲੌਗ 'ਚ ਦੱਸਿਆ ਹੋਇਆ ਵੀ ਮੱਕੀ ਹੈ ਜਿਹੜੀ ਕਣਕ ਤੋਂ ਬਾਅਦ ਵਾਲੀ, ਉਹਦੇ 15,000 ਰੁਪਇਆ ਖਰਚਾ ਆਵੇਗਾ ਬਿਜਾਈ ਤੋਂ ਲੈ ਕੇ ਉਹਨੂੰ ਉੱਪਰ ਤੱਕ ਤਿਆਰ ਕਰਨ ਤੱਕ, ਅਤੇ 12,000 ਰੁਪਇਆ ਖਰਚਾ 10-12,000 ਰੁਪਇਆ ਅਚਾਰ ਪਵਾਈ ਦਾ ਆਵੇਗਾ, ਅਤੇ 27,000 ਰੁਪਇਆ ਖਰਚਾ ਆਪਾਂ ਨੇ ਗਿਣਿਆ ਸੀ। ਜੇਕਰ ਤੁਹਾਡੇ ਕੋਲ 2 ਕਿੱਲੇ ਨੇ ਤਾਂ ਤੁਹਾਡਾ 55,000 ਰੁਪਇਆ ਖਰਚਾ ਆਵੇਗਾ। ਅਤੇ ਕਿਸਾਨ ਭਰਾਵੋ, ਜਿਹੜਾ ਮੱਕੀ ਦਾ ਅਚਾਰ ਵਾਲੀ ਦਾ ਝਾੜ ਆ, ਉਹ ਕਣਕ ਤੋਂ ਬਾਅਦ ਵਾਲੀ ਦਾ ਹੋਵੇਗਾ 200 ਕੁਇੰਟਲ, ਅਤੇ ਜਿਹੜੀ ਆਲੂਆਂ ਤੋਂ ਬਾਅਦ ਵਾਲੀ ਆ ਉਹਦਾ 250 ਤੋਂ ਲੈ ਕੇ 250-300 ਕੁਇੰਟਲ ਤੱਕ ਵੀ ਝਾੜ ਚਲਾਇਆ ਜਾਂਦਾ। ਅਤੇ ਆਪਾਂ ਹੁਣ ਕਣਕ ਤੋਂ ਬਾਅਦ, ਕਣਕਾਂ ਪੱਕ ਕੇ ਤਿਆਰ ਹੋ ਚੁੱਕੀਆਂ ਨੇ, ਅਤੇ ਕਣਕਾਂ ਪੱਕ ਕੇ ਤਿਆਰ ਹੋ ਚੁੱਕੀਆਂ ਨੇ, ਅਤੇ ਆਪਾਂ ਕਣਕ ਤੋਂ ਬਾਅਦ ਵੀ ਮੱਕੀ ਦੀ ਬਿਜਾਈ ਕਰਾਂਗੇ। ਅਤੇ ਆਪਾਂ ਨੇ ਜਿੰਨਾ ਵੀ ਹੁਣ ਤੱਕ ਮੱਕੀ ਦੀ ਬਿਜਾਈ ਕਰਨੀ ਆ, ਅਤੇ ਤਕਰੀਬਨ ਮਹੀਨਾ ਹੋ ਗਿਆ, ਜਿੰਨੇ ਵੀ ਸੀਡ ਹੈਗੇ ਨੇ ਮੱਕੀ ਦੇ ਉਹ ਸਾਰੇ ਆਪਾਂ ਨੇ ਲੈ ਕੇ ਘਰੇ ਰੱਖੇ ਪਏ ਨੇ। ਅਤੇ ਕਿਸਾਨ ਭਰਾਵੋ, ਤੁਸੀਂ ਵੀ ਜਿਹੜੇ ਸੀਡ ਨੇ ਪਹਿਲਾਂ ਹੀ ਲੈ ਕੇ ਰੱਖ ਲਿਆ ਕਰੋ, ਤਾਂ ਜੋ ਮੌਕੇ ਦੇ ਉੱਪਰ ਕੋਈ ਸਮੱਸਿਆ ਨਾ ਆਵੇ।
ਤੇ ਕਿਸਾਨ ਭਰਾਵੋ ਜਿਹੜੀ ਅਗਲੀ ਸਾਵਧਾਨੀ ਇੱਕ ਹੋਰ ਆ, ਕਿਸਾਨ ਭਰਾਵਾਂ ਨੂੰ ਮਿਸਗਾਈਡ ਵੀ ਬਹੁਤ ਕਰਿਆ ਜਾਂਦਾ ਕਿਉਂਕਿ ਜਿਹੜੀ ਕਣਕ ਤੋਂ ਬਾਅਦ ਵਾਲੀ ਮੱਕੀ ਆਪਾਂ ਸੈਲਜ ਦੇ ਪਰਪਸ ਲਈ ਉਹਦੀ ਬਿਜਾਈ ਕਰ ਰਹੇ ਹਾਂ, ਉਹਦੇ ਵਿੱਚ ਤੁਸੀਂ ਨੇ 8 ਕਿਲੋ ਦਾ ਬੀ ਹੋ ਗਿਆ ਕਿੱਲੇ ਦਾ, ਤੇ 2 ਬੈਗ DAP ਦੇ ਜ਼ਰੂਰ ਪਾਉਣੇ ਨੇ। 2 ਬੈਗ DAP ਦੇ ਪੈਣੇ ਬਹੁਤ ਜ਼ਰੂਰੀ ਨੇ, ਘੱਟ ਬੈਗ DAP ਦੇ ਪਾ ਕੇ ਨਹੀਂ ਸਰਨਾ। ਤੇ ਇਸ ਲਈ ਕਿੱਲੇ ਵਿੱਚ 2 ਬੈਗ ਤੇ 2 ਪੈਕਟ ਬੀ ਦੇ ਮੱਕੀ ਦੇ, ਇਹ 4 ਆਈਟਮਾਂ ਦਾ ਖਰੀਦ ਕੇ ਰੱਖ ਲਓ ਤੁਹਾਡੇ, ਤਾਂ ਜਾ ਕੇ ਮੱਕੀ ਦੀ ਬਿਜਾਈ ਹੋਣੀ ਆ। ਤੇ ਦੋਸਤੋ ਇੱਕ ਜਿਹੜੀ ਸਭ ਤੋਂ ਵੱਡੀ ਸਾਵਧਾਨੀ ਉਹ ਹੈਗੀ ਆ ਬਿਜਾਈ ਦਾ ਸਮਾਂ। ਦੇਖੋ ਵੀ ਕਣਕਾਂ ਥੋੜੀਆਂ ਐਗਤੀ ਪਸੇਕਤੀਆਂ ਨੇ, ਠੰਡ ਲੰਬਾ ਟਾਈਮ ਲੰਘ ਗਈ, ਐਗਤੀ 12 ਅਪ੍ਰੈਲ ਹੋ ਚੁੱਕੀ ਆ, ਅੱਜ ਵੀ ਕਿਤੇ ਨਾ ਕਿਤੇ ਟਾਮੀ ਟਾਮੀ ਮਸ਼ੀਨ ਚੱਲ ਰਹੀ ਆ ਸਾਡੇ ਨਾਭੇ ਏਰੀਏ ਦੇ ਵਿੱਚ, ਸਾਡੇ ਪਿੰਡ ਵਿੱਚ ਇੱਕ ਮਸ਼ੀਨ ਚੱਲੀ ਆ ਬਸ ਹੁਣ ਤੱਕ, ਨਹੀਂ ਤਾਂ 12 ਅਪ੍ਰੈਲ ਨੂੰ ਸੀਜ਼ਨ ਖੜਕ ਜਾਂਦਾ, ਐਗਤੀ ਨਹੀਂ ਖੜਕੇਗਾ। 14-15 ਅਪ੍ਰੈਲ ਨੂੰ ਥੋੜ੍ਹਾ ਬੱਦਲਵਾਈ ਜਾਂ ਮੀਂਹ ਹਨੇਰੀ ਵੀ ਦੱਸੀ ਹੋਈ ਆ, ਤੇ ਕਣਕ ਦੀ ਜਿਹੜੀ ਕਟਾਈ ਆ ਉਹ 17 ਅਪ੍ਰੈਲ ਤੱਕ ਚਲੀ ਜਾਵੇਗੀ, ਤੇ ਤੂੜੀਆਂ ਕਰਦੇ ਕਰਦੇ 20 ਅਪ੍ਰੈਲ ਹੋ ਜਾਵੇਗੀ, ਤੇ ਜਿਹੜੀ ਮੱਕੀ ਦੀ ਬਿਜਾਈ ਆ ਕਿਸਾਨ ਭਰਾ ਉਹ 25 ਅਪ੍ਰੈਲ ਤੋਂ ਪਹਿਲਾਂ ਕਰ ਲਿਓ, ਜਾਂ ਅਪ੍ਰੈਲ ਦਾ ਮਹੀਨਾ ਕਰ ਲਿਓ, ਤੇ ਮਈ ਮਹੀਨੇ ਦੇ ਵਿੱਚ ਜਾ ਕੇ ਕੋਈ ਵੀ ਕਿਸਾਨ ਭਰਾ ਸੈਲਜ ਦੇ ਲਈ ਮੱਕੀ ਦੀ ਬਿਜਾਈ ਨਾ ਕਰਿਓ, ਫਿਰ ਤੁਹਾਡਾ ਝੋਨਾ ਨਹੀਂ ਲੱਗਣਾ। ਜੇਕਰ ਤੁਸੀਂ ਮਈ ਮਹੀਨੇ ਦੇ ਵਿੱਚ ਮੱਕੀ ਨੂੰ ਲੈ ਗਏ ਤੇ ਤੁਸੀਂ ਕੱਚੇ ਕੱਚੀ ਜੀ ਮੱਕੀ ਦਾ ਅਚਾਰ ਪਾ ਦਿੱਤਾ, ਨਾ ਤਾਂ ਤੁਹਾਡੇ ਅਚਾਰ ਦੀ ਕੁਆਲਿਟੀ ਬਣਨੀ ਆ, ਨਾ ਤੁਹਾਡਾ ਕਹਾਂ ਜਾ ਕੇ ਝੋਨੇ ਦੀ ਕੁਆਲਿਟੀ ਬਣਨੀ ਆ। ਤੇ ਦੋਸਤੋ ਸਮਾਂ ਘੱਟ ਹੁੰਦਾ, ਤੁਹਾਡੇ ਕੋਲੇ 70-75 ਦਿਨ ਹੀ ਹੁੰਦੇ ਨੇ, ਤੁਸੀਂ 25 ਅਪ੍ਰੈਲ ਤੋਂ ਪਹਿਲਾਂ ਕੋਸ਼ਿਸ਼ ਰੱਖਿਓ ਵੀ ਜਿਹੜੀ ਮੱਕੀ ਦੀ ਬਿਜਾਈ ਆ ਜਿਹੜੀ 25 ਅਪ੍ਰੈਲ ਤੋਂ ਪਹਿਲਾਂ ਹੋ ਜਾਵੇ। ਚਲੋ ਬਾਕੀ ਪਰਮਾਤਮਾ ਦੇ ਹੱਥ ਆ, ਮੀਂਹ ਹਨੇਰੀ ਦਾ ਕੁਝ ਨਹੀਂ ਪਤਾ ਕੀ ਕਰ ਦੇਵੇ, ਤੇ ਖਿੱਚ ਕੇ ਰੱਖਿਓ ਕੰਮ। ਜਿਵੇਂ ਕਿ ਆਪਣੇ ਗੰਨੇ ਵਾਲੇ ਵੀਰ ਕਣਕ ਵੱਢਣ ਸਾਰੀ ਗੰਨੇ ਦੀ ਬਿਜਾਈ ਕਰਨ ਲੱਗ ਜਾਂਦੇ ਨੇ, ਉਸੇ ਤਰ੍ਹਾਂ ਖਿੱਚ ਕੇ ਰੱਖਿਓ। ਜੇ ਕਿਤੇ ਜਨਰੇਟਰ ਲਾ ਕੇ ਮੱਕੀ ਵੀ ਭਰਨੀ ਪੈ ਗਈ ਉਹ ਵੀ ਲਗਾ ਦਿਓ, ਪਰ ਬਿਜਾਈ ਦਾ ਸਮਾਂ ਖਿੱਚ ਕੇ ਰੱਖਿਓ। ਬਿਜਾਈ ਦਾ ਸਮਾਂ ਬਹੁਤ ਲਿਮਿਟਡ ਹੁੰਦਾ, 2 ਕਿੱਲੇ ਦਾ ਮੱਕੀ ਦੀ ਬਿਜਾਈ ਕਰ ਦਿੰਦੀ ਆ, ਜਿਹੜਾ ਛੋਟਾ ਕਿਸਾਨ ਉਹਨੇ ਤਾਂ 2 ਕਿੱਲੇ ਕਰਨੇ ਨੇ, 3-4 ਕਿੱਲੇ ਕਰਦੇ ਨੇ। ਖਿੱਚ ਕੇ ਰੱਖਿਓ ਕੰਮ, ਬਸ ਨਾਲ ਦੀ ਨਾਲ ਜਿਹੜੇ ਮੱਕੀ ਦੀ ਬਿਜਾਈ ਹੋ ਸਕੇ। ਦੋਸਤੋ ਮੈਂ ਇੱਥੇ ਆਪਣਾ ਨੀਚੇ ਆਪਣਾ ਮੋਬਾਈਲ ਨੰਬਰ ਮੈਂਸ਼ਨ ਕਰ ਰਿਹਾ, ਤੁਸੀਂ ਜੇਕਰ ਤੁਹਾਨੂੰ ਮੱਕੀ ਸੰਬੰਧੀ ਜਾਂ ਕਿਸੇ ਹੋਰ ਫਸਲ ਸੰਬੰਧੀ ਕੋਈ ਵੀ ਕਿਸਮ ਦੀ ਸਮੱਸਿਆ ਆਉਂਦੀ ਆ, ਤਾਂ ਤੁਸੀਂ ਮੇਰੇ ਮੋਬਾਈਲ ਨੰਬਰ 'ਤੇ ਵੀਡੀਓ ਬਣਾ ਕੇ ਸੈਂਡ ਕਰ ਦਿਆ ਕਰੋ, ਇਹ ਵਟਸਐਪ ਨੰਬਰ ਆ ਮੇਰਾ, ਇਹਦੇ 'ਤੇ ਵੀਡੀਓ ਬਣਾ ਕੇ ਸੈਂਡ ਕਰ ਦਿਆ ਕਰੋ, ਮੈਂ ਤੁਹਾਡਾ 24 ਘੰਟੇ ਦੇ ਅੰਦਰ ਜ਼ਰੂਰ ਰਿਪਲਾਈ ਕਰਦੇ ਰਹਾਂਗੇ। ਤੇ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਵੀਡੀਓ ਹੋਰ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਸ਼ੇਅਰ ਕਰਦਿਆ ਕਰੋ, ਤਾਂ ਕਿ ਆਪਣੀ ਘੱਟ ਖਰਚ ਵਾਲੀ ਜਿਹੜੀ ਵੀਡੀਓ ਆ, ਲੋੜਵੰਦ ਵੀਡੀਓ ਆ, ਹਰ ਇੱਕ ਕਿਸਾਨ ਤੱਕ ਜ਼ਰੂਰ ਪਹੁੰਚ ਸਕੇ। ਵਟਸਐਪ ਦੇ ਉੱਪਰ ਹੋਰਾਂ ਦੋਸਤਾਂ ਨਾਲ ਵੀ ਸ਼ੇਅਰ ਜ਼ਰੂਰ ਕਰਦਿਆ ਕਰੋ, ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ। ਸਤਿ ਸ਼੍ਰੀ ਅਕਾਲ ਜੀ।